ਅਸੀਂ ਖੁਸ਼ੀ ਪਾਈ ਔਰ ਲੋਕ ਬੋਲਦੇ ਸੀ ਕਿ ਅਸੀਂ ਅੱਗੇ ਤੁਸੀਂ ਖਰਚਾ ਲਾਇਆ ਸੀ ਅਸੀਂ ਹੁਣ ਖਰਚਾ ਲਾਵਾਂਗੇ ਔਰ ਫਿਰ ਉਸ ਜਗ੍ਹਾ ਤੁਸੀਂ ਮੀਟਿੰਗ ਕਰਾਉਣੀ ਹੈ ਆਮੇਨ ਹਾਲੇਲੂਇਆ 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 ਔਰ ਅੱਜ ਉਹ ਮੇਰਾ ਪਰਮੇਸ਼ਵਰ ਯਿਸੂ ਮਸੀਹ ਤੁਹਾਡੇ ਵਿਚਕਾਰ ਚਮਤਕਾਰ ਕਰਨ ਲਈ ਖੜਾ ਆ ਜਦੋਂ ਤੁਸੀਂ ਉਹਦੇ ਵਚਨ ਨੂੰ ਸੁਣੋਗੇ ਜਦੋਂ ਤੁਸੀਂ ਉਹਦੇ ਵਚਨ ਨੂੰ ਮੰਨੋਗੇ ਜਦੋਂ ਤੁਸੀਂ ਉਹਦੇ ਵਚਨ ਤੇ ਖੜੇ ਹੋ ਜਾਵੋਗੇ ਤੇ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਕਰੇਗਾ ਤੁਹਾਨੂੰ ਚੰਗਿਆਈ ਦੇ ਪਿੱਛੇ ਜ਼ਰੂਰਤ ਨਹੀਂ ਭੱਜਣ ਦੇ ਲਈ ਤੁਹਾਨੂੰ ਆਸ਼ ਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਹੈਗੀ ਅਗਰ ਅੱਜ ਦੀ ਰਾਤ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਸਮਝ ਜਾਓਗੇ ਤੇ ਮੈਂ ਕਹਿੰਦਾ ਤੁਸੀਂ ਜਿਸ ਜਗ੍ਹਾ ਤੇ ਖੜੇ ਹੋ ਤੁਸੀਂ ਵਚਨ ਤੇ ਖੜੇ ਹੋਣਾ ਪਰਮੇਸ਼ਰ ਯਿਸੂ ਮਸੀਹ ਤੁਹਾਡੇ ਕੋਲ ਆਵੇਗਾ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਚੰਗਿਆਈ ਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਆ ਯਿਸੂ ਮਸੀਹ ਆਪ ਤੁਹਾਨੂੰ ਚੰਗਿਆਈ ਦੇਣ ਦੇ ਲਈ ਆਪ ਤੁਹਾਡੇ ਪਾਪ ਮਾਫ ਕਰਨ ਦੇ ਲਈ ਆਪ ਤੁਹਾਨੂੰ ਜੀਵਨ ਦੇਣ ਦੇ ਲਈ ਆਪ ਤੁਹਾਨੂੰ ਆਜ਼ਾਦ ਕਰਨ ਦੇ ਲਈ ਵਚਨ ਲਿਖਿਆ ਸਵਰਗ ਨੂੰ ਛੱਡ ਕੇ ਧਰਤੀ ਉੱਤੇ ਆਇਆ ਆ ਇਸ ਲਈ ਤੁਹਾਨੂੰ ਭੱਜਣ ਦੀ ਜ਼ਰੂਰਤ ਨਹੀਂ ਆ ਸਿਰਫ ਪਰਮੇਸ਼ਰ ਦੇ ਕਹੇ ਹੋਏ ਵਚਨਾਂ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਆ ਜੋ ਉਹਦਾ ਵਚਨ ਕਹਿੰਦਾ ਜੋ ਯਿਸੂ ਮਸੀਹ ਬੋਲਦਾ ਆ ਉਹਨੂੰ ਪੂਰਾ ਕਰਨ ਦੀ ਜ਼ਰੂਰਤ ਆ ਤੁਹਾਡੀ ਜ਼ਿੰਦਗੀ ਜੋ ਸ਼ੋਲੀ ਕਿਤਾਬ ਦੇ ਵਿੱਚ ਲਿਖਿਆ ਆ ਉਹਦੀ 6 ਅਧਿਆਇ ਵਿੱਚ ਲਿਖਿਆ ਆ ਇੱਕ ਟਾਈਮ ਸੀ ਜ਼ਰੂਰ ਦੀ ਦੀਵਾਰ ਤੁਸੀਂ ਕਿਤੇ ਜਿਹੜੇ ਵਿਸ਼ਵਾਸੀ ਜਿਹੜੇ ਵਿਸ਼ਵਾਸੀ ਉਹ ਸਮਝਣਗੇ ਇਸ ਗੱਲ ਨੂੰ ਹਾਲੇਲੂਇਆ ਹਾਲੇਲੂਇਆ ਉਹਦੀ ਸਭ ਨੇ ਪਰਮੇਸ਼ਰ ਦੇ ਵਚਨ ਨੂੰ ਧਿਆਨ ਨਾਲ ਸੁਣਨਾ ਆ ਪਰਮੇਸ਼ਰ ਦਾ ਵਚਨ ਨਾ ਜ਼ੋਰ ਨਾਲ ਕੰਮ ਕਰਦਾ ਆ ਨਾ ਸਮਝ ਨਾਲ ਕੰਮ ਕਰਦਾ ਹੈ ਪਰਮੇਸ਼ਰ ਦਾ ਵਚਨ ਆਪਣੇ ਰੂਹ ਨਾਲ ਕੰਮ ਕਰਦਾ ਹੈ ਅਗਰ ਤੁਸੀਂ ਜ਼ੋਰ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਜੋ ਆਪਣੀ ਸਮਝ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਜੋ ਤੁਸੀਂ ਸ਼ਾਇਦ ਤੁਸੀਂ ਸਫਲ ਨਹੀਂ ਹੋਵੋਗੇ ਪਰ ਤੁਸੀਂ ਜਦੋਂ ਉਹਦੇ ਰੂਹ ਦੇ ਨਾਲ ਕੰਮ ਕਰੋਗੇ ਉਹਦੀ ਸਹਾਇਤਾ ਦੇ ਨਾਲ ਉਹਦੀ ਸਮਰਥ ਨਾਲ ਕੰਮ ਕਰੋਗੇ ਔਰ ਮੇਰਾ ਵਿਸ਼ਵਾਸ ਤੁਸੀਂ ਸਫਲ ਹੋਵੋਗੇ ਯਿਸੂ ਮਸੀਹ ਦੇ ਨਾਮ ਵਿੱਚ ਹਾਲੇਲੂਇਆ ਹਾਲੇਲੂਇਆ ਬਾਈਬਲ ਦੇ ਵਿੱਚ ਲਿਖਿਆ ਜਦੋਂ ਇਸਰਾਇਲੀਆਂ ਨੇ ਜਰੂਰ ਉੱਥੇ ਅਟੈਕ ਕਰਨਾ ਸੀ ਤੇ ਬਾਈਬਲ ਦੇ ਵਿੱਚ ਲਿਖਿਆ ਜ਼ਰੀਓ ਦੀਆਂ ਦੀਵਾਰਾਂ ਉਸ ਜ਼ਰੀਓ ਸ਼ਹਿਰ ਦੀ ਦੀਵਾਰਾਂ ਜਿਹੜੀਆਂ ਸੀ 4 ਸਫੇਰ ਹੋਈ ਪੱਕੀਆਂ ਦੀਵਾਰਾਂ ਸੀ ਉਹਨੂੰ ਕੋਈ ਢਾ ਨਹੀਂ ਸਕਦਾ ਸੀ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਸੀ ਕੋਈ ਜੀਸੀਬੀ ਚਾਹੇ ਕੋਈ ਬਲਡੋਜ਼ਰ ਨਾ ਉਸ ਸਮੇਂ ਟੁੱਟ ਨਹੀਂ ਸਕਦੀਆਂ ਸੀ ਕੋਈ ਮਨੁੱਖ ਆਪਣੀ ਤਾਕਤ ਨਾਲ ਉਹਨਾਂ ਨੂੰ ਤੋੜ ਨਹੀਂ ਸਕਦਾ ਸੀ ਅਜਿਹੇ ਵਚਨ ਨੂੰ ਧਿਆਨ ਨਾਲ ਸੁਣ ਕੇ ਮੇਰਾ ਵਿਸ਼ਵਾਸ ਹੋ ਉਹਨੇ ਜ਼ਿੰਦਗੀ ਦੇ ਵਿੱਚੋਂ ਸ਼ੈਤਾਨ ਦੀ ਦੀਵਾਰ ਪਾਪ ਦੀ ਦੀਵਾਰ ਬਿਮਾਰੀ ਦੀ ਦੀਵਾਰ ਗਰੀਬੀ ਦੀ ਦੀਵਾਰ ਵਚਨ ਦੇ ਅਨੁਸਾਰ ਨੀਹਾਂ ਤੋਂ ਪੁੱਟੀ ਜਾਵੇਗੀ ਆਮੇਨ ਹਾਲੇਲੂਇਆ ਹਾਲੇਲੂਇਆ ਅੱਛਾ ਲਿਖਿਆ ਕਿ ਉਸ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੀਵਾਰਾਂ ਵੇਖਦੇ ਹੋ 4 ਇੰਚ ਦੀਵਾਰ 9 ਇੰਚ ਦੀਵਾਰ 13 ਇੰਚ ਦੀਵਾਰ 18 ਇੰਚ ਦੀਵਾਰ ਪਰ ਉਸ ਸਮੇਂ ਦੇ ਵਿੱਚ ਏਡੀਆਂ ਛੋਟੀਆਂ ਦੀਵਾਰਾਂ ਨਹੀਂ ਸੀ ਹੁੰਦੀਆਂ ਉਸ ਸਮੇਂ ਦੇ ਵਿੱਚ ਏਡੀ ਛੋਟੀ ਕੰਧ ਨਹੀਂ ਸੀ ਹੁੰਦੀ ਉਸ ਸਮੇਂ ਦੇ ਵਿੱਚ ਅਗਰ ਬਾਈਬਲ 'ਚ ਪੜ੍ਹਦੇ ਹਾਂ ਦੂਸਰਾ ਰਾਜਾ 4 ਦੇ ਉਹਦੀ 10 ਐਤ ਵਿੱਚ ਲਿਖਿਆ ਹੈ ਜਦੋਂ ਅਲੀਸ਼ਾ ਕਿਸੇ ਦੇ ਘਰ ਵਿੱਚ ਰਹਿੰਦਾ ਸੀ ਤੇ ਉਸਦੀ ਘਰ ਉਸਦੀ ਮਾਲਕਾਣੀ ਨੇ ਕਿਹਾ ਉਸਨੂੰ ਆਪਣੇ ਪਤੀ ਨੂੰ ਕਿਹਾ ਸੀ ਕਿ ਇਹ ਪਰਮੇਸ਼ਰ ਦਾ ਦਾਸ ਸਾਡੇ ਲਾਗੂ ਦੀ ਮੰਗਦਾ ਹੈਗਾ ਕਿਉਂ ਨਾ ਹੋਵੇ ਅਸੀਂ ਇਹਨੂੰ ਆਪਣੀ ਕੰਧ ਉੱਤੇ ਇੱਕ ਕੋਠਾ ਇੱਕ ਕਮਰਾ ਪਾ ਦਈਏ ਤੇ ਉਸ ਦੇ ਵਿੱਚ ਠਹਿਰਿਆ ਕਰੇਗਾ ਅਗਰ ਆਪਾਂ ਇਸ ਵਚਨ ਤੇ ਗੌਰ ਕਰਦੇ ਇਸਦਾ ਮਤਲਬ ਉਸ ਸਮੇਂ ਦੀਆਂ ਕੰਧਾਂ ਜਿਹੜੀਆਂ ਸੀ ਉਹ ਛੋਟੀਆਂ ਨਹੀਂ ਸੀ ਹੁੰਦੀਆਂ ਉਸ ਸਮੇਂ ਦੀਆਂ ਕੰਧਾਂ ਉੱਤੇ ਜਾਨੀ ਕਿ ਤੁਸੀਂ ਕਮਰਾ ਪਾ ਸਕਦੇ ਸੀ ਹਾਲੇਲੂਇਆ ਹਾਲੇਲੂਇਆ ਤੇ ਜ਼ਰੀਓ ਜਿਹੜਾ ਸੀ ਮਜ਼ਬੂਤੀ ਦੇ ਵਿੱਚ ਉਹਨਾਂ ਦੀ ਤਾਕਤ ਜ਼ਰੀਓ ਦੀ ਤਾਕਤ ਜ਼ਰੀਓ ਦੇ ਲੋਕਾਂ ਦੀ ਤਾਕਤ ਉਹ ਇੱਕ ਦੀਵਾਰ ਸੀ ਜਦੋਂ ਉਹਨਾਂ ਵਿਰੋਧੀ ਕੋਈ ਅਟੈਕ ਕਰਦਾ ਸੀ ਉਸਨੂੰ ਆਪਣੇ ਨਜ਼ਦੀਕ ਆਉਣ ਤੋਂ ਪਹਿਲੇ ਖਤਮ ਕਰ ਦਿੰਦੇ ਸੀ ਔਰ ਬਾਈਬਲ 'ਚ ਲਿਖਿਆ ਇਹ ਟਾਈਮ ਇਸਰਾਇਲੀਆਂ ਤੇ ਵੀ ਆਇਆ ਸੀ ਜਦੋਂ ਇਸਰਾਇਲੀਆਂ ਤੇ ਇਹ ਟਾਈਮ ਆਇਆ ਸੀ ਤੇ ਪਰਮੇਸ਼ਰ ਨੇ ਆਪਣੇ ਦਾਸ ਯਹੋਸ਼ੂਆ ਨੂੰ ਬੋਲਿਆ ਸੀ ਉਸਨੇ ਕਿਹਾ ਸੀ ਯਹੋਸ਼ੂਆ ਆਪਣੇ ਲੋਕਾਂ ਨੂੰ ਬੋਲ ਕਿ ਤੁਸੀਂ ਹਾਲੇਲੂਇਆ ਹਾਲੇਲੂਇਆ ਉਸਨੇ ਕਿਹਾ ਤੁਸੀਂ ਇਸ ਤਰ੍ਹਾਂ